पंजाब के बठिंडा में सोमवार सुबह एक ट्रिपल मर्डर का मामला सामने आया जो शाम होने से पहले ही सुलझ गया है। एक युवक ने न केवल घटना के पीछे के कारणों का खुलासा किया बल्कि एक पति और पत्नी और उनकी युवा बेटी की गोली लगने से मौत होने से ठीक पहले सोशल मीडिया पर इस घटना की जिम्मेदारी लेते हुए अपनी जीवन लीला समाप्त कर ली। घटना की शुरुआत सोमवार सुबह बठिंडा में एक परिवार के 3 सदस्यों की गोली लगने से हुई। घटना बठिंडा के पौश इलाके कमला नगर कॉलोनी में हुई। तीनों को सिर में गोली लगी और उनके खून से सने शव घर के ड्राइंग रूम में पाए गए। ਤੇ ਜੀ ਮੈਂ ਇੰਨਾ ਜ਼ਿਆਦਾ ਅੱਕ ਗਿਆ ਸੀਗਾ ਵੀ ਮੈਨੂੰ ਇਹ ਫੈਸਲਾ ਲੈਣਾ ਪਿਆ। ਮੇਰੇ ਘਰਦਿਆਂ ਨੂੰ ਕੁਛ ਵੀ ਨਹੀਂ ਪਤਾ ਹੈਗਾ ਜੀ। ਮੈਂ ਮੇਰੇ ਘਰ ਅੱਜ ਕਿਹਾ ਸੀਗਾ ਵੀ ਜੀ ਮੈਂ ਮਿਲਣੀ ਤੇ ਚੱਲਿਆਂਗਾ ਕਿਉਂਕਿ ਮੈਨੂੰ ਪਤਾ ਸੀਗਾ ਜੀ ਮੈਂ ਉਹਨਾਂ ਨੂੰ ਮਾਰ ਨਹੀਂ ਚੱਲਿਆ। ਮੈਂ ਇੰਨਾ ਜ਼ਿਆਦਾ ਅੱਕ ਗਿਆ ਸੀਗਾ ਵੀ ਮੈਨੂੰ ਇਹ ਕਦਮ ਚੱਕਣਾ ਪਿਆ, ਤਾਂ ਹੀ ਜੀ ਮੈਂ ਉਹਨਾਂ ਨੂੰ ਮਾਰਿਆ। ਮੇਰੇ ਘਰਦਿਆਂ ਨੂੰ ਕੁਛ ਨਹੀਂ ਪਤਾ ਹੈਗਾ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀਗਾ ਵੀ ਮੈਂ ਬਠਿੰਡੇ ਗਿਆ ਹੋਇਆਂਗਾ। ਐਂਡ 'ਤੇ ਜਦੋਂ ਉਹਨਾਂ ਦੇ ਬਾਹਲੇ ਫੋਨ ਆਈ ਗਏ ਤਾਂ ਮੈਂ ਉਹਨਾਂ ਨੂੰ ਦੱਸਤਾ ਵੀ ਜੀ ਮੈਂ ਬਠਿੰਡੇ ਗਿਆ ਹੋਇਆ। ਉਹ ਕਹਿੰਦੇ ਕਿ ਗਿਆ ਕਿੱਥੇ ਹੋਇਆਂਗਾ। ਮੈਂ ਕਿਹਾ ਜੀ ਮੈਂ ਸਿਮਰਨ ਕੇ ਘਰੇ ਬੈਠਾਂਗਾ। ਅਤੇ ਉਹਨਾਂ ਨੂੰ ਆਏ ਸੀਗਾ ਵੀ ਚਲੋ ਊਂ ਗਿਆ ਹੋਇਆ। ਮੈਂ ਇਹ ਗੱਲ ਕਦੇ ਕਿਸੇ ਨਾਲ ਨਹੀਂ ਕਰੀ ਹੈਗੀ, ਮੈਂ ਸਿਰਫ ਆਪਣੇ ਦੋਸਤਾਂ ਨਾਲ ਇਹ ਗੱਲ ਕਰਦਾ ਹੁੰਦਾ ਸੀਗਾ ਵੀ ਬਾਈ ਮੈਨੂੰ ਉਹ ਬਲੈਕਮੇਲ ਕਰਦੀ ਹੈਗੀ। ਅਤੇ ਮੈਨੂੰ ਬਲੈਕਮੇਲ ਕਰਦੇ ਕਹਿੰਦੇ ਹੁੰਦੇ ਸੀਗੇ ਵੀ ਤੂੰ ਪੁਲਿਸ 'ਚ ਕੰਪਲੇਂਟ ਕਰਾ ਲਾ, ਪਰ ਮੈਨੂੰ ਐਂ ਹੁੰਦਾ ਸੀਗਾ ਜੀ ਵੀ ਕਾਹਨੂੰ ਆਪਾਂ ਬਦਨਾਮੀ ਕਰਾਉਣੀ ਆਪਦੀ, ਮੇਰੇ ਘਰਦਿਆਂ ਦੀ ਬਦਨਾਮੀ ਹੋਊ। ਉਹਨੇ ਮੈਨੂੰ ਇੰਨਾ ਜ਼ਿਆਦਾ ਕਰਤਾ ਜੀ ਬਲੈਕਮੇਲ ਕਰ ਕਰਕੇ। ਉਹਦੇ ਫੋਨ ਸਾਡੇ ਦੋਨਾਂ ਦੀਆਂ ਫੋਟੋਆਂ ਵੀ ਬਹੁਤ ਨੇ ਜੀ, ਬਿਨਾਂ ਕੱਪੜੇ ਵਾਲੀਆਂ ਫੋਟੋਆਂ, ਸਾਰਾ ਕੁਛ ਸੀਗਾ ਉਹਦੇ ਕੋਲ। ਪਰ ਮੈਨੂੰ ਨਹੀਂ ਪਤਾ ਸੀਗਾ ਵੀ ਉਹ ਮੈਨੂੰ ਬਲੈਕਮੇਲ ਕਰਨ ਵਾਸਤੇ ਇਹ ਫੋਟੋਆਂ ਖਿੱਚ ਰਹੀ ਹੈ। ਉਹਨੇ ਮੈਨੂੰ ਕਿਹਾ ਸੀ ਵੀ ਚੱਲ ਆਪਾਂ, ਮੈਨੂੰ ਵਧੀਆ ਲੱਗਦਾ ਗਾ ਵੀ ਚੱਲ ਮੈਂ ਲੁਕੋ ਕੇ ਰੱਖ ਲੂੰਗੀ, ਪਰ ਉਸ ਤੋਂ ਬਾਅਦ ਉਹਨੇ ਮੈਨੂੰ ਬਲੈਕਮੇਲ ਕਰਨਾ ਸ਼ੁਰੂ ਕਰਤਾ। ਤਾਂ ਕਰਕੇ ਜੀ ਮੈਂ ਇੰਨਾ ਜ਼ਿਆਦਾ ਅੱਕ ਗਿਆ ਵੀ ਮੈਨੂੰ ਇਹ ਸਟੈਪ ਚੱਕਣਾ ਪਿਆ। ਮੇਰੇ ਘਰਦਿਆਂ ਦਾ ਇਸ ਚੀਜ਼ 'ਚ ਕੋਈ ਕਸੂਰ ਨਹੀਂ ਹੈਗਾ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਪਤਾ ਵੀ ਨਹੀਂ ਹੈਗਾ ਵੀ ਮੇਰੇ ਮਨ 'ਚ ਕੀ ਚੱਲ ਰਿਹਾ ਹੈਗਾ। ਪਰ ਬਸ ਨਾ ਹੀ ਮੇਰੇ ਭਰਾ ਨੂੰ ਪਤਾ ਸੀਗਾ, ਉਹ ਵਿਚਾਰਾ ਦਿੱਲੀ ਵੱਗ ਗਿਆ ਅਤੇ ਭੂਆ ਜੀ ਮੇਰੇ ਦਵਾਈ ਲੈਣ ਵੱਗ ਗਏ ਪਟਿਆਲੇ। ਮੈਂ ਚੋਰੀਓ। ਕੈਮਰਾਮੈਨ ਖਾਨ ਕੇ ਸਾਥ ਅਨਿਲ ਕੁਮਾਰ ਕੀ ਰਿਪੋਰਟ। ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।